ਮੈਂ ਬ੍ਰਿੰਦਰਮੀਤ ਸਿੰਘ ਪਾੜਾ ਜੋ ਕਿ ਕਾਂਗਰਸ ਪਾਰਟੀ ਦੀ ਤਰਫੋਂ ਗੁਰਦਾਸਪੁਰ ਤੋਂ ਇਲੈਕਸ਼ਨ ਲੜਿਆ ਅੱਜ ਬੜੀ ਵੱਡੀ ਭਾਰੀ ਬਹੁਮਤ ਦੇ ਨਾਲ ਜਿੱਤ ਜਿਹੜੀ ਆ ਮੇਰੇ ਹਲਕੇ ਵਾਸੀਆਂ ਨੇ ਦਿੱਤੀ ਹੈ ਜੋ ਕਿ ਮੇਰੇ ਇੱਕ ਪਰਿਵਾਰ ਦੀ ਮੈਂਬਰ ਦੀ ਤਰ੍ਹਾਂ ਸਾਡੇ ਪਰਿਵਾਰ ਨੂੰ ਪਹਿਲਾਂ ਵੀ ਪੂਰਨ ਸਹਿਯੋਗ ਰਿਹਾ ਇਸ ਹਲਕੇ ਦਾ ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਜੀ ਜੋ ਕਿ ਇੱਥੋਂ ਵਿਧਾਇਕ ਰਹਿ ਚੁੱਕੇ ਨੇ ਔਰ ਅੱਜ ਦੁਬਾਰਾ ਇਸ ਹਲਕੇ ਵਾਸੀਆਂ ਨੇ ਸਾਡੇ ਪਰਿਵਾਰ 'ਤੇ ਫਿਰ ਵਿਸ਼ਵਾਸ ਰੱਖਿਆ ਔਰ ਬੜੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਮੈਂ ਵਿਸ਼ਵਾਸ ਦਵਾਉਂਦਾ ਆਪਣੇ ਹਲਕੇ ਵਾਸੀਆਂ ਨੂੰ ਕਿ ਜੋ ਆਸ ਇਹਨਾਂ ਨੂੰ ਸਾਡੇ ਤੋਂ ਸਾਡੇ ਪਰਿਵਾਰ ਤੋਂ ਹੈ ਮੈਂ ਦਿਨ ਦੁੱਗਣੀ ਰਾਤ ਦੁੱਗਣੀ ਚੌਗਣੀ ਤਰੱਕੀ ਕਰਨ ਦੀ ਵਾਹਿਗੁਰੂ ਅੱਗੇ ਕਾਮਨਾ ਕਰਦਾ ਕਿ ਰਲ ਮਿਲ ਕੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕਮੁੱਠ ਹੋ ਕੇ ਗੁਰਦਾਸਪੁਰ ਦੀ ਡਿਵੈਲਪਮੈਂਟ ਦੀ ਗੱਲ ਕਰਾਂਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੀ ਗੱਲ ਕਰਾਂਗੇ ਜੋ ਪਿਛਲੇ 10 ਸਾਲ ਤੋਂ ਅਸੀਂ ਸੰਤਾਪ ਹੋ ਗਿਆ ਪਰਚਿਆਂ ਦੀ ਰਾਜਨੀਤੀ ਤੋਂ ਅਸੀਂ ਉਸ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਗੁਰਦਾਸਪੁਰ ਇੱਕ ਵਾਰ ਤਰੱਕੀ ਦੀਆਂ ਬੁਲੰਦੀਆਂ 'ਤੇ ਛੂਹੇ ਔਰ ਰਲ ਕੇ ਇੱਕ ਪਿਆਰ ਅਤੇ ਭਾਵਨਾ ਦੇ ਨਾਲ ਰਲ ਕੇ ਗੁਰਦਾਸਪੁਰ ਦੀ ਤਰੱਕੀ ਦੀ ਗੱਲ ਕਰੀਏ।